खबरदार जिस तुहाडा स्वागत है ते एक प्रोग्राम तुहाडे लई बहुत खास है जिस असी तुहानू दसांगे कि खबरदार किस तरह रहा जाएगा जिस तरह दियां अजकल पंजाब दे विच घटनावां हो रही ने लुट खोह दियां वारदातां ते लगाम नहीं लगा पा रही पुलिस पर किते ना किते लोगों खुद अपना बचा करना पै रहा है ते देखो इस प्रोग्राम दे विच खबरदार च किन्नियां वारदातां पिछले दिनों विच होईयां ते अज किन्नियां वारदातां ते पुलिस वल्लों लगाम लगाई गई। गल करांगे खन्ना शहर की जिथे पेट्रोल पंप उत्ते हथियार के बल से करिंदिया कोलों केस पैसे लुटे गए ते पंप उपर सोरे करिंदिया नू डरा धमका के लुटेरे वारदात करके फरार हो गए ते सीसीटीवी कैमरे च एक घटना कैद हो गई ते पंप के करिंदे परमजीत सिंह ने दस्या कि जो वह शैड थले सुता होया सी तां रात नू 2:15 बजे स्विफ्ट कार च तीन जने आए। एक कार च ही बैठा रहा ते कार स्टार्ट रखी हुई सी ते दो जने कृपाना लैके बाहर निकले अते जानों मरन दी धमकी दित्ती। पेट्रोल पंप तो 30,000 रुपये लुटे ते नाल ही LCD ते होर समान भी लैके फरार हो गए। पंप मालक संजय कुमार ने पुलिस कोलो मंग की है कि लुटेरिया नू जल्द फड़िया जाए ता जो किसी होर पंप ते अजिही वारदात ना हो सके। तो तस्वीर च तुसी साफ देख सकते हो किस तरह दो बेखौफ लुटेरे इस वड्डी घटना नू अंजाम दे गए ते शरेआम तेजधार हथियारां नाल करिंदियां नू डरा के पैसे ते नाल होर समान लुट लै गए ते तस्वीरां CCTV च कैद हो गईआं ते हुण देखणा होवेगा कि खन्ना पुलिस कदों तक इस तरह दीआं वारदातां नू करन वाले मनसूबे पूरे करन वाले बदमाशां नू फड़ सकदी है। रात नू 2:20-25 मिनट से 3 बंदे आए। उन्होंने साढ़े वर्कर सुते पे से उन्होंने उठाल के मारकुट करके उन्होंने कैश खो के लै गए तो एक कंपनी का मॉडम लग्या होया सी उन्हें तोड़ के लै गए। किन्ने बजे की वारदात है? ये 2:15-20 मिनट की गल है जी तकरीबन। किन्ना कैश किन्ना लग गया? कैश 25 से 30,000 रुपये तक कैश थी। ਹੋਰ ਕੀ ਚੋਰੀ ਹੋਈ ਤੇ ਕਈ ਬੰਦਿਆਂ ਦੇ ਕੋਈ ਸੱਟ ਪੇਟ ਤਾਂ ਨਹੀਂ ਮਾਰੀ? ਨਹੀਂ, ਬੰਦਿਆਂ ਦੇ ਸੱਟ ਪੇਟ ਥੋੜ੍ਹੀ ਬਹੁਤੀ ਲੱਗੀ ਆ, ਜ਼ਿਆਦਾ ਨਹੀਂ ਲੱਗੀ ਹੈਗੀ। ਅਤੇ ਹੋਰ ਕੀ ਲੈ ਕੇ ਕੈਸ਼ ਤੋਂ ਬਿਨਾਂ? ਕੈਸ਼ ਤੋਂ ਬਿਨਾਂ ਇੱਕ ਤਾਂ ਇੰਟਰਨੈਟ ਦਾ ਆਟੋਮੇਸ਼ਨ ਦਾ ਇੱਕ ਪਾਰਟਸ ਹੁੰਦਾ ਜੀ ਮੋਡਮ, ਉਹ ਲੈ ਗਏ ਜੀ ਤੋੜ ਕੇ ਅਤੇ ਇੱਕ ਮੋਬਾਈਲ 'ਚੋਂ ਸਿਮ ਲੈ ਗਏ ਜੀ, ਇੱਕ LED ਲੱਗੀ ਹੋਈ ਸੀ LED ਖੋਲ੍ਹ ਕੇ ਲੈ ਗਏ ਜੀ। ਕਿਹੜੀ ਗੱਡੀ 'ਤੇ ਆਏ ਸੀ ਉਹ? ਉਹ ਸਵਿਫਟ ਗੱਡੀ ਦੇ ਵਿੱਚ ਆਏ ਸੀ। ਅਤੇ ਹਥਿਆਰ ਕੀ ਸੀ? ਹਥਿਆਰ ਉਹਨਾਂ ਕੋਲ ਕਿਰਪਾਨਾਂ ਦੀ ਤਰ੍ਹਾਂ ਕੋਈ ਤੇਜ਼ ਧਾਰ ਹਥਿਆਰ ਸੀਗੇ, ਇੱਕ ਵਰਕਰ ਦੇ ਥੋੜ੍ਹਾ ਜਿਹਾ ਮਾਰਿਆ ਪਰ ਲੇਕਿਨ ਉਹਦੇ ਇੰਨੀ ਸੱਟ ਨਹੀਂ ਲੱਗੀ ਹੈਗੀ। ਇਹ ਰਾਤ ਨੂੰ ਤਿੰਨ ਜਿਹੜੇ ਆਏ ਮੁੰਡੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਦਾਤਰ ਵਗੈਰਾ ਸੀ, ਇਹਦੇ ਸੁੱਤੇ ਪਏ ਸੀ ਬੰਦੇ ਜਿਹੜੇ, ਇਹਨਾਂ ਨੂੰ ਉਠਾਇਆ ਅਤੇ ਇਹਨਾਂ ਦੇ ਅੰਦਰ ਜਿਹੜਾ ਗੰਦੇ ਦੇ ਵਿੱਚੋਂ ਪੈਸੇ ਲੈ ਗਏ ਅਤੇ LED ਵਗੈਰਾ ਲਾ ਕੇ ਲੈ ਗਏ ਅਤੇ ਜਿਹੜੀ ਇਹਨਾਂ ਦੀ ਫੁਟਜ ਵਗੈਰਾ ਲੈ ਲਈ ਆ ਅਤੇ ਜਿਹੜਾ ਇਹਦਾ ਕਾਨੂੰਨੀ ਕਾਰਵਾਈ ਜੀ ਕੀਤੀ ਜਾ ਰਹੀ ਹੈ, ਮੁਕੱਦਮਾ ਦਰਜ ਕਰਕੇ ਬੰਦੇ ਅਰੈਸਟ ਹੋ ਜਾਣ ਜਲਦੀ ਜਲਦੀ ਕਰਨਾ। ਅਤੇ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਪੁਲਿਸ ਨੇ ਹੁਸ਼ਿਆਰਪੁਰ ਫੋਕਲ ਪੁਆਇੰਟ ਤੋਂ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਉਹਨਾਂ ਕੋਲੋਂ 150 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਅਤੇ ਇਸੇ ਦੇ ਦੌਰਾਨ ਤਫਤੀਸ਼ ਪਿੰਡ ਡਗਾਣਾ ਕਲਾ ਸਕੂਲ ਅਤੇ ਪਿੰਡ ਚੱਕ ਗੁੱਜਰਾਂ ਸਕੂਲ ਵਿੱਚ ਹੋਈ ਚੋਰੀ ਦੀ ਵਾਰਦਾਤ ਨੂੰ ਵੀ ਮੰਨਿਆ ਹੈ। ਪੁਲਿਸ ਨੇ ਉਹਨਾਂ ਕੋਲੋਂ 2 LED ਅਤੇ 2 ਇਨਵਰਟਰ ਦੀਆਂ ਬੈਟਰੀਆਂ, ਇੱਕ ਮੋਟਰਸਾਈਕਲ ਅਤੇ ਇੱਕ ਐਕਟਿਵਾ ਵੀ ਬਰਾਮਦ ਕੀਤੀ ਹੈ। ਇਸ ਮੌਕੇ DSP ਨੇ ਦੱਸਿਆ ਕਿ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਦੀ ਪੁੱਛਗਿੱਛ ਜਾਰੀ ਹੈ। ਪਿਛਲੀ ਦਿਨੀ ਪਿੰਡ ਡਗਾਣਾ ਕਲਾ ਅਤੇ ਚੱਕ ਗੁੱਜਰਾਂ ਦੇ ਸਕੂਲ ਦੇ ਵਿੱਚ ਚੋਰੀਆਂ ਹੋਈਆਂ ਸੀ, ਜਿਸ 'ਤੇ ਮਾਨਯੋਗ SSP ਨਵਜੋਤ ਸਿੰਘ ਮਾਹਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਦਾਰ ਰਵਿੰਦਰਪਾਲ ਸਿੰਘ SPD ਦੀ ਅਗਵਾਈ ਹੇਠ ਇੱਕ ਜਿਹੜੀ ਹੈ SHO ਮਾਡਲ ਟਾਊਨ ਦੀ ਅਗਵਾਈ ਵਿੱਚ ਸਪੈਸ਼ਲ ਟੀਮ ਤਿਆਰ ਕੀਤੀ ਗਈ ਸੀ, ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਹਨਾਂ ਕੇਸਾਂ ਦੀ ਤਫਤੀਸ਼ ਦੇ ਵਿੱਚ 2 ਬੰਦੇ ਜਿਹੜੇ ਅਰੈਸਟ ਕੀਤੇ ਨੇ। ਇਹਨਾਂ ਦੇ ਕੋਲੋਂ 150 ਗ੍ਰਾਮ ਨਸ਼ੀਲਾ ਪਾਊਡਰ, 2 ਚੋਰੀ ਕੀਤੇ ਹੋਏ ਵਹੀਕਲ, ਇੱਕ ਮੋਟਰਸਾਈਕਲ ਐਂਡ ਇੱਕ ਐਕਟਿਵਾ, ਐਂਡ ਦੋਨਾਂ ਸਕੂਲਾਂ ਵਿੱਚੋਂ ਚੋਰੀ ਕੀਤੀਆਂ LCDਆਂ, ਇਨਵਰਟਰ, ਬੂਫਰ ਐਂਡ ਸਪੀਕਰ, ਇਹ ਸਾਰੇ ਜਿਹੜੇ ਬਰਾਮਦ ਕਰਕੇ ਜਿਹੜੇ ਦੋਨੇ ਮੁਕੱਦਮੇ ਨੇ ਉਹ ਟਰੇਸ ਕਰ ਲਏ ਗਏ ਨੇ ਅਤੇ ਇਹਨਾਂ ਦੇ ਕੋਲੋਂ ਜਿਹੜੀ ਹੈ ਤਫਤੀਸ਼ ਕੀਤੀ ਜਾ ਰਹੀ ਹੈ। ਹੋਰ ਵੀ ਇਹਨਾਂ ਕੋਲ ਪੁੱਛਗਿੱਛ ਕੀਤੀ ਜਾਵੇਗੀ, ਜੇ ਕੋਈ ਹੋਰ ਵੀ ਇਹਨਾਂ ਨੇ ਕੋਈ ਵਾਰਦਾਤ ਕੀਤੀ ਹੋਏਗੀ ਤਾਂ ਉਹਨੂੰ ਵੀ ਟਰੇਸ ਕਰਨ ਦੀ ਕੋਸ਼ਿਸ਼।
ਤਾਂ ਲੁਧਿਆਣਾ 'ਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਮਹਿਲਾ ਦੇ ਕਤਲ ਮਾਮਲੇ 'ਚ ਉਸਦੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਮੁਤਾਬਕ ਮੁਲਜ਼ਮ ਸ਼ਹਿਰ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਜਲੰਧਰ ਬਾਈਪਾਸ 'ਤੇ ਪੁਲਿਸ ਨੇ ਕਾਬੂ ਕਰ ਲਿਆ। ਪ੍ਰੈਸ ਕਾਨਫਰੰਸ ਦੌਰਾਨ ACP ਗੁਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਮੁਲਜ਼ਮ ਅਕਸਰ ਆਪਣੀ ਪਤਨੀ ਨਾਲ ਝਗੜਾ ਕਰਦਾ ਰਹਿੰਦਾ ਸੀ ਅਤੇ 20 ਜੁਲਾਈ ਨੂੰ ਦੋਵੇਂ ਦੀ ਕਿਸੇ ਗੱਲ ਤੋਂ ਲੜਾਈ ਹੋਈ ਅਤੇ ਇਸ ਦੌਰਾਨ ਨੀਰੂ ਨੇ ਫਾਹਾ ਲਾ ਕੇ ਆਪਣੇ ਜਾਨ ਗਵਾ ਦਿੱਤੀ, ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਫਿਰ ਗੁੱਸੇ ਵਿੱਚ ਆਏ ਪਤੀ ਨੇ ਲੱਤਾਂ ਤੇ ਮੌਤ ਹੋ ਗਈ, ਉਸਦੇ ਪਤੀ ਮੌਕੇ ਤੋਂ ਫਰਾਰ ਹੋ ਗਿਆ। ਕੱਲ ਮਿਤੀ 20/7/21 ਨੂੰ SHO ਸਲੇਮ ਟਾਵਰੀ ਸ਼੍ਰੀ ਗੋਪਾਲ ਕ੍ਰਿਸ਼ਨ ਜੀ ਇਹ ਜਲੰਧਰ ਬਾਈਪਾਸ ਚੌਂਕ ਮੌਜੂਦ ਸੀਗੇ ਆਪਣੀ ਪਾਰਟੀ ਦੇ ਨਾਲ। ਉੱਥੇ ਇਹਨਾਂ ਨੂੰ ਇਤਲਾਹ ਮਿਲੀ ਵੀ ਇੱਕ ਨੀਰੂ ਨਾਂ ਦੀ ਲੜਕੀ ਦਾ ਉਸਦੇ ਪਤੀ ਰਾਜਾ ਸੇਖੋ ਕਹਿੰਦੇ ਆ ਵੀ ਉਹਨੇ ਕਤਲ ਕਰ ਦਿੱਤਾ ਹੈ। ਇਹ ਤੁਰੰਤ ਉੱਥੋਂ ਮੌਕੇ 'ਤੇ ਪੁੱਜੇ। ਮੌਕੇ 'ਤੇ ਨੀਰੂ ਦਾ ਪਿਤਾ ਵਿਕਰਮ ਸਿੰਘ ਮਲਾਕੀ ਹੋਇਆ, ਜਿਨ੍ਹਾਂ ਨੇ ਉਹਨਾਂ ਨੂੰ ਬਿਆਨ ਲਿਖਾਇਆ ਵੀ ਨੀਰੂ ਮੇਰੀ ਲੜਕੀ ਹੈ ਜਿਹੜੀ 15 ਸਾਲ ਤੋਂ ਰਾਜਾ ਸੇਖੋ ਨਾਲ ਵਿਆਹੀ ਹੋਈ ਹੈ। ਇਸ ਝਗੜੇ ਬਾਰੇ ਜਦੋਂ ਵਿਕਰਮ ਨੂੰ ਪਤਾ ਲੱਗਾ, ਵਿਕਰਮ ਆਪਣੇ ਜਵਾਈ ਦੇ ਨਾਲ ਮੌਕੇ 'ਤੇ ਘਰ ਦੇ ਅੰਦਰ ਵੱਜਿਆ ਤਾਂ ਉਸ ਟਾਈਮ ਉਹ ਉਹਦੀਆਂ ਲੱਤਾਂ ਨੂੰ ਜ਼ੋਰ ਨਾਲ ਖਿੱਚ ਰਿਹਾ ਸੀ ਅਤੇ ਜਿਹੜੀ ਉਹ ਉੱਪਰ ਮਰ ਚੁੱਕੀ ਸੀ ਅਤੇ ਇਹਨਾਂ ਨੂੰ ਉਹ ਧੱਕਾ ਮਾਰ ਕੇ ਉੱਥੋਂ ਦੌੜ ਗਿਆ। ਇੱਕ ਸੂਚਨਾ ਦੇ ਆਧਾਰ 'ਤੇ ਵੀ ਰਾਜਾ ਸੇਖੋ ਲੁਧਿਆਣਾ ਛੱਡ ਕੇ ਬਾਹਰ ਜਾਣ ਦੀ ਫਰਾਕ 'ਚ ਹੈ ਤਾਂ ਇਹਨੂੰ ਕਰੀਬ 9 ਵਜੇ ਜਲੰਧਰ ਬਾਈਪਾਸ ਤੋਂ ਕਿਸੇ ਬੱਸ ਚੜ੍ਹਨ ਦੇ ਤਾਕ ਵਿੱਚੋਂ ਅਰੈਸਟ ਕਰ ਲਿਆ ਗਿਆ। ਅਤੇ ਕੈਨੇਡਾ ਵਿੱਚ ਪੰਜਾਬੀ ਮਹਿਲਾ ਦੀ ਮੌਤ ਦਾ ਹੱਤਿਆ ਦਾ ਮਾਮਲਾ ਸਾਹਮਣੇ ਆਇਆ। ਦੱਸਦੀ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਸੰਬੰਧਿਤ 32 ਸਾਲਾ ਔਰਤ ਦੀ ਉਸਦੇ ਪਤੀ ਵੱਲੋਂ ਹੱਤਿਆ ਕਰ ਦਿੱਤੀ ਗਈ ਅਤੇ ਕੈਨੇਡਾ ਦੇ ਮੋਂਟਰੀਅਲ ਸ਼ਹਿਰ ਵਿੱਚ ਇਸਦੀ ਹੱਤਿਆ ਕੀਤੀ ਗਈ, ਜਿਸਦੀ ਮੌਤ ਤੋਂ ਬਾਅਦ ਉਸਦਾ ਪਤੀ ਮੌਕੇ ਤੋਂ ਫਰਾਰ ਹੋ ਗਿਆ। ਅਤੇ ਦੱਸਦੀ ਹੈ ਕਿ ਮ੍ਰਿਤਕ ਦੇ ਪਰਿਵਾਰ ਵੱਲ ਨੂੰ ਬੀਤੇ ਰਾਤ 10 ਵਜੇ ਦੇ ਕਰੀਬ ਇਸ ਖਬਰ ਦਾ ਪਤਾ ਚੱਲਿਆ ਅਤੇ ਕਤਲ ਦੀ ਖਬਰ ਮਿਲਦਿਆਂ ਹੀ ਪਰਿਵਾਰ ਅਤੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੋ ਗਿਆ ਅਤੇ ਕਾਤਲ ਪਤੀ ਮੌਕੇ ਤੋਂ ਭੱਜ ਗਿਆ ਅਤੇ ਪੀੜਿਤ ਪਰਿਵਾਰ ਨੇ ਅਨੁਸਾਰ ਉਸਦੀ ਲੜਕੀ ਦਾ ਪਤੀ ਅਕਸਰ ਉਸਦੇ ਨਾਲ ਲੜਦਾ ਰਹਿੰਦਾ ਸੀਗਾ ਅਤੇ ਝਗੜਾ ਕਰਦਾ ਸੀ ਘਰ ਦੇ ਵਿੱਚ ਅਤੇ ਬੀਤੇ ਰਾਤ ਉਸੇ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਨੂੰ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਦੀ ਬੇਟੀ ਦਾ ਸ਼ਵ ਵਾਪਸ ਲਿਆਂਦਾ ਜਾਵੇ। ਹੁਣ ਮੇਰੇ ਜਵਾਈ ਨੇ ਉਹਨੂੰ ਬੇਟੀ ਮੇਰੀ ਨੂੰ ਮਾਰਤਾ, ਇਹ ਉੱਥੇ ਦੀ ਪੁਲਿਸ ਜਿਹੜੀ ਉਹ ਜਾਂਚ ਕਰ ਰਹੀ ਆ, ਇਹ ਤੋਂ ਜ਼ਿਆਦਾ ਸਾਨੂੰ ਕੁਝ ਹਜੇ ਜਾਣਕਾਰੀ ਨਹੀਂ ਹੈਗੀ। ਮੇਰੇ 4 ਬੱਚੇ ਆ, 2 ਬੇਟੀਆਂ 2 ਬੇਟੇ, ਦੋ ਬੇਟੀਆਂ ਦੋਨੇ ਵਿਆਹੀ ਆ, ਬੇਟੇ ਦੋਨੇ ਜਿਹੜੇ ਉਹ ਬਾਹਰ ਨੇ, ਇੱਕ ਜਰਮਨ ਅਤੇ ਇੱਕ ਕੈਨੇਡਾ ਹੈਗਾ। ਉਹਦੇ 2 ਬੱਚੇ, ਇੱਕ ਬੇਟੀ ਆ ਅਤੇ ਇੱਕ ਬੇਟਾ। ਬੇਟੀ ਜਿਹੜੀ 8 ਸਾਲ ਦੀ ਆ, ਬੇਟਾ ਜਿਹੜਾ 4 ਸਾਲ ਦਾ, ਅਤੇ ਉੱਥੇ ਕੈਨੇਡਾ ਹੀ ਰਹਿੰਦੇ ਉਹਨਾਂ ਦੇ ਕੋਲ ਨਾਲ ਮੋਂਟਰੀਅਲ। ਅਜੇ ਕੁਛ ਨਹੀਂ ਪਤਾ ਲੱਗ ਰਿਹਾ, ਕਿਉਂਕਿ ਜਦ ਜਾਣਕਾਰ ਜਿਹੜੇ ਅਜੇ ਕੁਛ ਨਹੀਂ ਪਤਾ ਲੱਗ ਰਿਹਾ ਕਿ ਪਹਿਲਾਂ ਮਾਮੂਲੀ ਘਰਾਂ 'ਤੇ ਮਾੜਾ ਮਾੜਾ ਚੱਲਦਾ ਰਹਿੰਦਾ ਹੈਗਾ। ਕੰਪਲੇਂਟ ਕੀਤੀ ਸੀ ਉੱਥੇ ਨੇ, ਪਰ ਉਹਦੀ ਇਨਵੈਸਟੀਗੇਸ਼ਨ ਚੱਲਦੀ ਪਈ। ਅਤੇ ਪੰਜਾਬ ਵਿੱਚ ਦਿਨੋ ਦਿਨ ਗੁੰਡਾਗਰਦੀ ਦੀਆਂ ਲਗਾਤਾਰ 'ਚ ਵਾਰਦਾਤਾਂ 'ਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਹੁਣ ਗੁੰਡਾਗਰਦੀ ਇੰਨੀ ਵੱਧ ਚੁੱਕੀ ਹੈ ਕਿ ਸ਼ਰੇਆਮ ਦਿਨੋ ਦਿਨ ਹੀ ਗੋਲੀਆਂ ਚੱਲਣ ਲੱਗੀਆਂ ਨੇ ਅਤੇ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਵੇਖਣ ਨੂੰ ਮਿਲਿਆ ਨਾਭਾ ਦੇ ਸਰਕਾਰੀ ਕਾਲਜ ਗਰਾਊਂਡ ਦੇ ਸਾਹਮਣੇ, ਜਿੱਥੇ ਨੌਜਵਾਨ ਸੁਰਿੰਦਰ ਸਿੰਘ ਜੋ ਕਿ ਆਈਲੈਟਸ ਦੀ ਕਲਾਸ ਲਗਾ ਕੇ ਵਾਪਸ ਜਾ ਰਿਹਾ ਸੀ ਤਾਂ ਕਾਰ 'ਤੇ ਸਵਾਰ 6 ਤੋਂ 7 ਨੌਜਵਾਨਾਂ ਨੇ ਉਸ 'ਤੇ ਪਹਿਲਾਂ ਡੰਡਿਆਂ ਨਾਲ ਹਮਲਾ ਕੀਤਾ ਅਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਅਤੇ ਇੱਕ ਗੋਲੀ ਉਸਦੇ ਲੱਤ 'ਤੇ ਲੱਗੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਇਹ ਸਾਰੀ ਘਟਨਾ CCTV ਕੈਮਰੇ 'ਚ ਕੈਦ ਹੋ ਗਈ ਹੈ ਅਤੇ ਸਰਵਿੰਦਰ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ। ਕੋਈ ਨਹੀਂ, ਅਸੀਂ ਬਸ ਕਲਾਸ ਲਾ ਕੇ ਆਏ ਸੀ ਆਈਲੈਟਸ ਦੀ ਆਪਣੀ, ਅਤੇ ਆ ਕੇ ਅਸੀਂ ਕੁਝ ਖਾਣ ਲੱਗੇ ਸੀ ਉੱਥੇ ਰੋਇਲ ਮੀਲ 'ਚ, ਅਤੇ ਅਸੀਂ ਜਾ ਕੇ ਖੜ੍ਹੇ ਵਾਲੇ ਦੇ ਪਿੱਛੋਂ ਗੱਡੀ ਆਈ 4-5 ਜਣੇ, ਅਤੇ ਸਾਨੂੰ ਪਤਾ ਨਹੀਂ ਸੀ ਕੀ ਹੋਣਾ ਕੀ ਨਹੀਂ, ਅਤੇ ਉਹਨੇ ਅੱਗੋਂ ਬੁਲਟ ਚਲਾ ਦੇ 5-6, ਅਤੇ ਪਹਿਲਾਂ 3-4 ਚਲਾਏ ਪੈਰਾਂ 'ਚ, ਉਹਨਾਂ 'ਚੋਂ ਕੋਈ ਵੱਜਿਆ ਨਹੀਂ, ਫਿਰ ਇੱਕ ਉਹਨੇ ਪੱਟ 'ਤੇ ਮਾਰਿਆ ਅਤੇ ਫਟਾਫਟ ਗੱਡੀ 'ਚ ਬਹਿ ਕੇ ਲੰਘ ਚੱਲ ਗਏ। ਥਾਣਾ ਕੋਤਵਾਲੀ ਦਾ ਏਰੀਆ ਪੈ ਜਾਂਦਾ ਜੀ। ਸੁਰਵਿੰਦਰ ਸਿੰਘ ਜਿਹੜਾ ਮੈਂ ਇਸ ਪਿੰਡ ਦਾ ਰਹਿਣ ਵਾਲਾ ਲੜਕਾ, ਉੱਥੇ ਆਈਲੈਟਸ ਕਰਨ ਆਇਆ ਸੀ। ਇਹਨੂੰ ਉੱਥੇ ਇੱਕ ਗੱਡੀ ਦੇ ਵਿੱਚ ਬੰਦੇ ਆਏ, ਉਹਨਾਂ ਨੇ ਫੈਰ ਦੇ ਪੱਟ 'ਚ ਗੋਲੀ ਮਾਰੀ, ਜਿਹਦੇ ਘਰ ਉਜੇਰੇ ਇਲਾਜ ਹੈ, ਬਾਕੀ ਇਨਵੈਸਟੀਗੇਸ਼ਨ ਦੇ ਜੋ ਵਿੱਚ ਆਊਗਾ। ਬੰਦੇ ਸੀ ਜਾਂ ਨੌਜਵਾਨ ਸੀਗੇ? ਨੌਜਵਾਨ
ਉਹ ਤਾਂ ਹੁਣ ਤੋਂ ਪਤਾ ਲੱਗੂਗਾ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਕਿੰਨੇ ਬੰਦੇ ਸੀ, ਉਹਦੇ ਕਹਿਣ ਵਾਲੇ ਵੀ ਪੰਜ ਛੇ ਜਾਣੇ ਸੀ। ਕਿੰਨੇ ਰਾਊਂਡ ਫਾਇਰ ਹੋਏ ਨੇ ਜਿਹੜੇ, ਇਹਦੇ ਬਾਰੇ ਤਫਤੀਸ਼ ਦੇ ਵਿੱਚ ਪਤਾ ਲੱਗੂਗਾ ਕਿੰਨੇ ਫਾਇਰ ਹੋਏ, ਉਹਦੇ ਪੱਟ ਦੇ ਵਿੱਚ ਗੋਲੀ ਲੱਗੀ, ਉਹ ਜਿਹੜਾ ਰੈਫਰ ਕਰ ਦਿੱਤਾ ਪਟਿਆਲੇ ਨੂੰ। ਮੁੱਢਲੀ ਜਾਣਕਾਰੀ ਦੀ ਕੀ ਗੱਲ ਕਹੀ, ਕੋਈ ਪੁਰਾਣੀ ਰੰਜੀ ਅਜੇ ਕਰਨੀਆਂ ਮੁੰਡਾ ਰੈਫਰ ਕਰ ਦਿੱਤਾ ਨਾ ਹਸਪਤਾਲ ਪਟਿਆਲੇ ਨੂੰ, ਠੀਕ ਹੈ ਗੱਲ। ਹੁਣ ਤਫਤੀਸ਼ ਦੌਰਾਨ ਜੋ ਸਾਹਮਣੇ ਆਊਗਾ ਤੁਹਾਨੂੰ ਦੱਸੇ। ਤੇ ਸਰਕਾਰਾਂ ਵੱਲੋਂ ਲੱਖਾਂ ਦਾਅਵੇ ਕੀਤੇ ਜਾ ਰਹੇ ਨੇ ਕਿ ਲੜਕੀਆਂ ਲੜਕਿਆਂ ਨਾਲੋਂ ਘੱਟ ਨਹੀਂ ਹੈ ਅਤੇ ਉਹ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਨੇ, ਪਰ ਲੜਕੀਆਂ ਨੂੰ ਅਜੇ ਵੀ ਕਿਤੇ ਨਾ ਕਿਤੇ ਦਾਜ ਦੀ ਬਲੀ ਚੜ੍ਹਾਇਆ ਜਾ ਰਿਹਾ, ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਪਹਿਲੀ ਪਿੰਡ ਨਾਭਾ ਬਲਾਕ ਪਿੰਡ ਪਾਲੀਆਂ ਖੁਰਦ ਵਿਖੇ, ਜਿੱਥੇ 7 ਮਹੀਨੇ ਪਹਿਲਾਂ ਸ਼ਰਨਦੀਪ ਕੌਰ ਦਾ ਵਿਆਹ ਗੁਰਤੇਜ ਸਿੰਘ ਨਾਲ ਹੋਇਆ ਸੀ ਅਤੇ ਸ਼ਰਨਦੀਪ ਕੌਰ ਅਧਿਆਪਕਾ ਦੀ ਨੌਕਰੀ ਕਰਦੀ ਸੀ, ਪਰ ਬੀਤੇ ਦਿਨ ਸ਼ਰਨਦੀਪ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਅਤੇ ਸ਼ਰਨਦੀਪ ਦੇ ਗਲੇ 'ਤੇ ਗਹਿਰੇ ਨਿਸ਼ਾਨ ਵੀ ਪਾਏ ਗਏ ਨੇ ਅਤੇ ਸ਼ਰਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਨੇ ਕਿ ਸ਼ਰਨਦੀਪ ਅਤੇ ਸਹੁਰਾ ਪਰਿਵਾਰ ਵੱਲੋਂ ਉਸਦੀ ਹੱਤਿਆ ਕੀਤੀ ਗਈ ਹੈ ਅਤੇ ਦਾਜ ਦਹੇਜ਼ ਦੇ ਚਲਦੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਦੇ ਚਲਦਿਆਂ ਉਹਨਾਂ ਦੀ ਬੇਟੀ ਨੂੰ ਦਾਜ ਦੀ ਭਲੀ ਚੜ੍ਹਾ ਦਿੱਤਾ ਗਿਆ ਅਤੇ ਦੂਜੇ ਪਾਸੇ ਪੁਲਿਸ ਨੇ ਮੁਜਰਮਾਂ ਖਿਲਾਫ਼ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। 3 ਨਵੰਬਰ ਨੂੰ 2020 ਨੂੰ ਸ਼ਾਦੀ ਹੋਈ ਸੀਗੀ, ਜਦ ਤੋਂ ਇਹ ਸਹੁਰਾ ਪਰਿਵਾਰ ਦਾਜ ਲਈ ਤੰਗ ਪਰੇਸ਼ਾਨ ਕਰ ਰਿਹਾ ਸੀਗਾ ਜੀ, ਕੁੱਟਦਾ ਮਾਰਦਾ ਸੀਗਾ ਜੀ। ਕੁੜੀ ਆ ਕੇ ਦੱਸਦੀ ਸੀ, ਮੈਂ ਉਹਨੂੰ ਕਹਿੰਦਾ ਬੇਟੇ ਐਡਜਸਟਮੈਂਟ ਕਰ। ਇਹਦੇ ਸੰਬੰਧ 'ਚ ਮੈਂ ਸਰਪੰਚ ਸਾਹਿਬ ਨੂੰ 2-3 ਵਾਰੀ ਕਿਹਾ, ਸਰਪੰਚ ਸਾਹਿਬ ਨੇ ਵੀ ਕਿਹਾ ਵੀ ਪੜ੍ਹੇ ਲਿਖੇ ਦੋਨੇ ਪਰਿਵਾਰ ਨੇ, ਐਡਜਸਟਮੈਂਟ ਹੋ ਜੂਗੀ, ਕੋਈ ਨਹੀਂ ਅਟਕੋ, ਤੁਸੀਂ ਸਮਾਂ ਦਿਓ ਸਮਾਂ ਦਿਓ। ਉਦੋਂ ਸਮਾਂ ਦਿੰਦੇ ਦਿੰਦੇ ਆਹ ਚੀਜ਼ ਆ ਗਈ। ਕੁੜੀ ਸਰਨਦੀਪ ਕੌਰ ਸੀ, ਇਸ ਰੂਪ ਪਿੰਡ ਤੋਂ ਇਹਦਾ ਪਿਛਲੇ ਸਾਲ ਵਿਆਹ ਹੋਇਆ ਸੀ ਨਵੰਬਰ 'ਚ, ਦੋਨੇ ਮੀਆਂ ਵੀ ਟੀਚਰ ਨੇ। ਪਰਸੋਂ ਆਪਦੇ ਪੇਕੇ ਵੀ ਗਈ ਸੀ, ਕੱਲ੍ਹ ਦੁਪਹਿਰ ਨੂੰ ਕਿਸੇ ਨੇ ਡੈੱਡ ਬੋਡੀ ਮਿਲੀ ਆ। ਜਿਹੜੇ ਕੁੜੀ ਪਰਿਵਾਰ ਵਾਲੇ ਤਾਂ ਕਹਿੰਦੇ ਨੇ ਇਹਨਾਂ ਨੇ ਮਾਰੀ ਆ, ਵੀ ਪਿਛਲੇ ਕੁਝ ਦਿਨਾਂ ਬਾਅਦ 1 ਲੱਖ ਰੁਪਏ ਦੀ ਡਿਮਾਂਡ ਵੀ ਕੀਤੀ ਇਹਨਾਂ ਨੇ। ਆਹੋ ਕਹਿ ਰਹੇ ਨੇ, ਉਹ ਕੇਸ ਰਜਿਸਟਰ ਕਰਤਾ ਆਪਾਂ। ਹਾਂਜੀ, ਪਹਿਲਾਂ ਕਿਸੇ ਦੀ ਗ੍ਰਿਫਤਾਰੀ ਹੋਈ ਨਹੀਂ ਅਜੇ, ਗ੍ਰਿਫਤਾਰੀ ਬਸ ਕਰਦੇ। ਅਤੇ ਪੰਜਾਬ ਦੇ ਵਿੱਚ ਚਿੱਟਾ ਵੀ ਹਾਲੇ ਵੀ ਸ਼ਰੇਆਮ ਵਿਕ ਰਿਹਾ ਹੈ ਅਤੇ ਜਿਸ ਦੇ ਤਹਿਤ ਬੀਤੇ ਕੁਝ ਦਿਨ ਪਹਿਲਾਂ ਚਿੱਟਾ ਸੇਵਨ ਕਰਨ ਵਾਲੇ 3 ਪੁੱਤਰਾਂ ਤੋਂ ਨਿਰਾਸ਼ ਹੋਏ ਪਿਤਾ DSP ਦਫ਼ਤਰ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਪਹੁੰਚ ਗਏ ਅਤੇ ਚਿੱਟਾ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਹਨਾਂ ਕਿਹਾ ਸੀ ਕਿ ਪੁਲਿਸ ਨੇ ਉਸ 'ਤੇ 3 ਲੜਕਿਆਂ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ ਜਿੱਥੋਂ ਉਹ ਚਿੱਟਾ ਮਿਲਦਾ ਹੈ ਅਤੇ ਉਹ ਤਸਕਰਾਂ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਨੇ। ਅਤੇ ਆਪਣੇ ਬੱਚਿਆਂ ਨੂੰ ਚਿੱਟਾ ਪੀਂਦੇ ਹੋਏ ਦੇਖਦੇ ਹੋਏ ਬੁਰਾ ਹਾਲ ਹੈ ਜੀ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ, ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਬਈ ਜੀ, ਇਹ ਬਚਾਓ ਜੀ, ਜੇ ਬਚ ਸਕਦੇ ਆ ਪੰਜਾਬ ਦੇ ਬੱਚੇ ਬਚਾ ਲਓ, ਪੰਜਾਬ ਦਾ ਨੌਜਵਾਨ ਬਚਾ ਲਓ। ਮੈਂ ਡਿਪਟੀ ਸਾਹਿਬ ਗਰੇਵਾਲ ਸਾਹਿਬ ਨੂੰ ਕਹਿੰਦਾ ਵੀ ਤੁਹਾਡੇ ਵੀ ਪੁੱਤ ਹੈ ਜੀ, ਤੁਹਾਡੇ ਵੀ ਗਾਂ ਪੋਤਰੇ ਹੋਣਗੇ, ਤੁਸੀਂ ਪੁੰਨ ਲੈ ਲਓ। SSP ਸਾਹਿਬ ਫਰੀਦਕੋਟ, DGP ਸਾਹਿਬ ਚੰਡੀਗੜ੍ਹ, ਪੁੰਨ ਲੈ ਲਓ, ਲੋਕਾਂ ਦੇ ਨੌਜਵਾਨਾਂ ਪੁੱਤਾਂ ਦਾ ਪੁੰਨ ਲੈ ਲਓ। ਕਿਆ ਮਤਲਬ ਜੀ, ਇਹ ਲੀਡਰਾਂ ਦੇ ਮਗਰ ਲਾ ਕੇ ਤੁਸੀਂ ਨੌਜਵਾਨ ਪੀੜ੍ਹੀ ਨੂੰ ਕਦਮ ਕਰਨਾ ਚਾਹੁੰਦੇ ਹੋ। ਮੈਂ ਤਾਂ ਇਹ ਸੋਚਦਾ ਵੀ ਜੇਕਰ ਤੁਸੀਂ ਗੈਂਗਸਟ ਨੂੰ ਅੰਬਾਲੇ ਜਾ ਕੇ ਫੜ ਸਕਦੇ ਹੋ, ਬੰਬੇ ਜਾ ਕੇ ਫੜ ਸਕਦੇ ਹੋ, 30,000 ਤੋਂ ਚਿੱਟਾ ਜੈਤੋ ਤਾਂ ਨਹੀਂ ਫੜੀ ਦਾ। ਸਾਡੇ ਮਾਨਯੋਗ SSP ਸਰਦਾਰ ਸਵਰਨਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਸੀਂ ਨਸ਼ਾ ਤਸਕਰਾਂ ਦੇ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੇ ਹਾਂ। ਸੋ ਅੱਜ ਅਸੀਂ ਇੱਥੇ ਸਾਡੇ ਜੇਤੋ ਦੇ ਬਾਜਾਖਾਨਾ ਰੋਡ 'ਤੇ ਇੱਕ ਬਸਤੀ ਹੈ ਛੱਜਗੜ੍ਹ ਬਸਤੀ, ਉੱਥੇ ਨਸ਼ਾ ਛਡਾਉਣ ਦੇ ਸੰਬੰਧੀ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਲੋਕਾਂ ਨੇ ਸਮੂਹਿਕ ਰੂਪ ਵਿੱਚ ਜਾ ਕੇ ਆਪਣੇ ਜੋ ਮੰਦਰ ਹੈ ਇੱਕ ਉਹਨਾਂ ਦਾ ਕਾਲੀ ਮਾਤਾ ਦਾ ਮੰਦਰ, ਉੱਥੇ ਸਹੁੰ ਚੁੱਕੀ ਕਿ ਅਸੀਂ ਨਸ਼ਾ ਤਸਕਰਾਂ ਦੇ ਵਿਰੁੱਧ ਰਹਾਂਗੇ, ਨਾ ਹੀ ਨਸ਼ਾ ਵੇਚਾਂਗੇ ਅਤੇ ਨਾ ਹੀ ਨਸ਼ਾ ਕਰਾਂਗੇ। ਸਰ, ਪਬਲਿਕ ਵੱਲੋਂ ਕੀ ਸਹਿਯੋਗ ਮਿਲ ਰਿਹਾ ਤੁਹਾਨੂੰ? ਦੇਖੋ ਜੇ ਅੱਜ ਦੇਖਿਆ ਜਾਵੇ ਤਾਂ ਜੇਕਰ ਉਹਨਾਂ ਨੇ ਖੁਦ ਆਪਣਾ ਮਨ ਬਣਾ ਕੇ ਆਪਣੇ ਇਸ ਤਰ੍ਹਾਂ ਜੇ ਸਮੂਹਿਕ ਰੂਪ ਵਿੱਚ ਸਹੁੰ ਚੱਕੀ ਹੈ ਤਾਂ ਮੈਂ ਵਿਸ਼ਵਾਸ ਰੱਖਦਾ ਹਾਂ ਕਿ ਲੋਕ ਜੁਰਮ ਦਾ ਰਸਤਾ ਛੱਡ ਕੇ ਸਹੀ ਰਸਤੇ 'ਤੇ ਆਉਣਗੇ ਅਤੇ ਇਹੀ ਮੇਰੀ ਉਮੀਦ ਹੈ, ਇਹੀ ਲੋਕਾਂ ਨੂੰ ਉਮੀਦ ਹੈ ਕਿ ਪੁਲਿਸ ਦਾ ਤੁਸੀਂ ਵੱਧ ਤੋਂ ਵੱਧ ਸਾਥ।
बरनाला पुलिस नूं उस वेले वड्डी सफलता मिली जदों पुलिस ने एक चोल मिल ते सरकारी गोदामां विच बारदाना चोरी करन वाले 12 चोरां नूं गिरफ्तार किया, जबकि पुलिस ने एक घर चो 2 बच्चों तो 15,000 रुपए खोहण दे दोष विच 7 लोगों नूं गिरफ्तार किया। पुलिस ने मामला दर्ज कर अगे की कार्रवाई शुरू कर दिती है। मानयोग SSP साहब वालों बरनाला जिन्हां माड़े अंसरां वल अहम चलाई गई है, जिदे दौरान बारदाना की चोरी अलग अलग स्टेशन के अलग अलग जिले में हो रही थी, जे 12 बंदे असी फड़े ने। जिन्हें भी है बारदाना है, जिम्मे शैलर हो गए या होर दुकाना बारदाना दी रैकी करके चोरी करते। टोटल 32,500 बारदाना बोरिया, जिदे 4 है बलैरो गड्डिया, एक है चिट्टा हाथी। ਜਿਹੜਾ ਮਾਰਕੀਟ ਚ ਮੁੱਲ ਹੈ 35-40 ਰੁਪਏ ਹੈਗਾ ਬਾਰਦਾਨੇ ਦੇ। जलंधर च बीते सोमवार देर रात करियाने दुकान से लुट करन आए लुटेरिया ने दुकान मालक नूं गोली मार दिती। गोली नाल जख्मी सचिन नूं निजी हस्पताल विच दाखल करवाया गया, जिथे उसकी मौत हो गई। तो पुलिस ने मौके पर पहुंच के अगे लई कार्रवाई शुरू कर दिती है। साढ़े 8 बजे 9 बजे जो अपना दुकान जो बंद कर लगा सी, मीन टाइम 2-3 मुलाज बंदे आए जिहड़े जिन्होंने मूँह जिहड़े आप पाए थे मास्क रुमाल बने से, उन्होंने ये को पैसे मंगे, थोड़ा रिवोल्ट किया भी मैं नहीं ये काम करना, जो उन्होंने अपने ये फायर मारिया जिहड़ा ये छाती से लगा। हुण जिहड़ा इत्थे सिविल हॉस्पिटल है ये आप बोलते रहा वा, पर ज़्यादा नहीं मतलब गल दस रहा, हुण इहनूं असीं जिहड़ा जौल हॉस्पिटल शिफ्ट कर रहा है। चोरी अते लुट दीआं वारदातां च इजाफा हुंदा नज़र आ रहा है। अजिहा एक मामला लुधियाने तो सामने आया, पुलिस ने 2 स्नैचरां नूं काबू करन च सफलता हासिल कीती है। मुलजमां कोलों करीब 1/2 दर्जन मोबाइल फोन अते 1 मोटरसाइकिल बरामद होया है। पुलिस ने मामला दर्ज कर अगे दी कार्रवाई शुरू कर दिती है। दो स्नैचर जो सग्गू चौंक मुख बरखास्त की इतलाह ते असीं सग्गू चौंक तो फड़े ने, अपने स्पलेंडर मोटरसाइकिल रंग काले ते आ रहे थे, जिन्हां पासों असीं 2 मोबाइल फोन रिकवर किए मौके तो, ते बाकी दौराने रिमांड इन्हां ने मन्निया बाकी होर वारदातों बारे, जिन्हां पासों असीं वख वख कंपनियां दे 5 मोबाइल फोन ते 2 पर्स ते 2 जो पर्स विच जो इन्होंने खोह की सी सोने की मंगलसूत्र ते ब्रेसलेट बरामद। ਇਹ ਘੱਟੋ ਘੱਟ 6-7 ਵਾਰਦਾਤਾਂ ਮੰਨੇ ਨੇ, ਬਾਕੀ ਰਿਮਾਂਡ ਲਿਆ ਹੋਰ ਪੁੱਛ ਗਿੱਛ। 2 ਆ, ਇੱਕ ਰਾਜਨ ਹੈ ਜੋ ਰਾਜਨ ਬਸਤੀ ਜੋਧੇਵਾਲ ਦਾ ਰਹਿਣ ਵਾਲਾ, ਅਤੇ ਇੱਕ ਅਮਨ ਹੈ ਮੁੰਡਾ ਜੋ ਹਰਗੋਬਿੰਦਪੁਰਾ ਹੈ ਬੋਲਦਾ ਰਹਿਣ ਵਾਲਾ। ਦੋਨੋਂ ਇਕੱਠੇ ਦੋਸਤ ਹੈ ਜੋ ਨਸ਼ੇ ਦੇ ਆਦੀ ਹੈ, ਜੋ ਨਸ਼ੇ ਦੀ ਜਦੋਂ ਤੋੜ ਲੱਗਦੀ ਹੈ ਨਸ਼ੇ ਦੀ ਪੂਰਤੀ ਲਈ ਇਹ ਸਨੈਚਿੰਗ ਕਰਦੇ ਨੇ। ਬਾਈਕ ਆਪਣੀ ਇਹਨਾਂ ਦੀ, ਜਿਹੜਾ ਰਾਜਨ ਹੈ ਮੁੰਡਾ ਉਹਦੇ ਫਾਦਰ ਜਸਪਾਲ ਦੇ ਨਾਮ 'ਤੇ। क्रिकेटर सुरेश रैणा के रिश्तेदार के कतल मामले च पुलिस ने एक होर मुलजम नूं बरेली तो गिरफ़्तार किया है। पिछले साल एक कतल होया सी, दस दिए कि मुलजमान ने पुलिस पहला ही गिरफ़्तार कर चुकी है, तो कुल 14 लोगों पर मामला दर्ज होया सी, ते बाकी मुलजमान की पुलिस भाल कर रही है। ਜਾਨਵਰ ਮੁਕੱਦਮਾ ਜੀਗਾਰ ਦਰਜ ਕੀਤਾ ਸੀ ਸ਼ਾਹਪੁਰ ਖੰਡੀ ਦੇ ਵਿੱਚ। ਇਹਦੇ ਵਿੱਚ ਕਾਫੀ ਮੁਸ਼ੱਕਤ ਤੋਂ ਬਾਅਦ ਅਸੀਂ ਜਿਹੜੇ ਸੀਗੇ 10 ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏ ਸੀਗੇ। ਉਹਦੇ ਵਿੱਚ ਜਿਹੜਾ 11ਵਾਂ ਜਿਹੜਾ ਸੀਗਾ ਫਰਜੂ ਸੀਗਾ, ਜਿਹੜਾ ਸਾਨੂੰ ਮੇਨ ਦੋਸ਼ੀ ਇਹਦੇ ਵਿੱਚ ਚਾਹੀਦਾ ਸੀਗਾ, ਉਹ ਬਰੇਲੀ ਤੋਂ ਅਸੀਂ ਗ੍ਰਿਫਤਾਰ ਕਰ ਲਿਆ ਆ, ਅਤੇ ਉਹਨੂੰ ਲਿਆ ਕੇ ਅਸੀਂ 7 ਦਿਨ ਦਾ ਰਿਮਾਂਡ ਲਿਆ ਜੱਜ ਸਾਹਿਬ ਦੇ ਪੇਸ਼ ਕਰਕੇ ਉਹਨੂੰ। ਬਾਕੀ ਫਰਦਰ ਜੋ ਵੀ ਇਨਵੈਸਟੀਗੇਸ਼ਨ ਹੈਗੀ ਆ ਉਹ ਕੋਈ ਕਿ ਉਹ ਤੁਹਾਨੂੰ। फिलहाल इस प्रोग्राम में इन्ना ही, तुसी भी खबरदार रहो, जेकर तुहानू किते भी लुटा खोआ करन वाले दिखते हैं तो पुलिस नू जरूर इतला करो।